केसो केसो उकिए केसो केसो उकिए केसो केसो उकिए केसो केसो उकिए गाजे केसो केसो समीर केसो केसो उकिए केसो केसो उकिए देखो कोशिश करांगे जिन्या वस्तां सिमरन दियां जो भी सत अठ हफ्ते छे सत हफ्ते लगणी गुरु ग्रंथ साहिब जो गल होवे ना ये है पहली वस्ता शुरुआत है तकरीबन तुहाडे जो मेरे ख्याल 70% अगली पहुंचे होण पर चलना इत्थों पैंदा कबीर साहब कहंदे कोई ਵੈਖਰੀ ਅਵਸਥਾ ਚ ਵੀ ਇਹ ਸਿਮਰਨ ਕਰਦਾ ਲੌਂਗ ਜਾਪ ਆਵਾਜ਼ ਆਉਂਦੀ ਹੈ ਘਰ ਬਹਿੰਦਾ ਘਰ ਬੈਠੇ ਹੋ ਵਾਹਿਗੁਰੂ ਵਾਹਿਗੁਰੂ ਹੁਣ ਬੁੱਲ ਵੀ ਹਿੱਲ ਰਹੇ ਆਵਾਜ਼ ਵੀ ਆ ਰਹੀ ਰਸਨਾ ਵੀ ਹਿੱਲ ਰਹੀ ਵਾਹਿਗੁਰੂ 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 ਲਾ ਦੇ ਭਾਜੀ ਜੀ ਵਾਹਿਗੁਰੂ 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 ਕੋਈ ਇਹਦੇ ਚ ਕਬੀਰ ਸਾਹਿਬ ਕੀ ਕਹਿੰਦੇ ਵੀ ਇਹਦਾ ਕੋਈ ਲਾਭ ਹੋਊ ਕਹਿੰਦੇ ਕਬੀਰ ਕੇਸੋਂ ਕੇਸੋਂ ਕੂਕੀਏ ਕੇਸੋਂ ਕੇਸੋਂ ਕੇਸਾਂ ਦਾ ਪਰਮਾਤਮਾ ਕੇਸੋਂ ਕੇਸੋਂ ਕੂਕੀਏ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕ ਨੇ ਕਬੂ ਕਹਿ ਸੁਣੇ ਪੁਕਾਰ ਤੂੰ ਕੂਕੀ ਜਾ ਇੱਕ ਦਿਨ ਤੇਰੀ ਸੁਣੇਗਾ ਜੀ ਜਿਹੜੇ ਪਹਿਲੀ ਅਵਸਥਾ ਚ ਵੀ ਹੋਵੋ ਢਿੱਲੇ ਨਾ ਪਏ 15 ਮਿੰਟ ਲਾਓ ਅੱਧਾ ਘੰਟਾ ਲਾਓ ਘਰ ਕੋਈ ਨੀ ਬੋਲ ਕੇ ਹੁੰਦਾ ਤਾਂ ਨਹੀਂ ਇਹ ਜਿਹੜੀ ਪਹਿਲੀ ਅਵਸਥਾ ਬਾਰੇ ਤੁਹਾਡੇ ਪਿਆਰ ਵਾਲੇ ਭਾਈ ਵੀਰ ਸਿੰਘ ਜੀ ਦਾ ਬਚਨ ਹੈ ਉਹ ਬਚਨ ਬੜਾ ਪਿਆਰਾ ਧਿਆਨ ਨਾਲ ਸੁਣਿਓ ਭਾਈ ਵੀਰ ਸਿੰਘ ਲਿਖਦੇ ਕਹਿੰਦੇ ਮਨ ਦਾ ਸੁਭਾਅ ਇਹ ਤਿਲਕ ਜਾਂਦਾ ਆਪੋ ਸਾਥ ਨੂੰ ਭਾਈ ਵੀਰ ਸਿੰਘ ਲਿਖਦੇ ਹੈ ਕਹਿੰਦੇ ਮਨ ਦਾ ਸੁਭਾਅ ਇਹ ਤਿਲਕ ਜਾਂਦਾ ਵਾਕਈ ਤਿਲਕਦਾ ਬੜਾ ਇਹਨੂੰ ਲੱਖ ਕਹਿ ਲਓ ਆਹ ਸੀਰੀਅਲ ਨਹੀਂ ਵੇਖਣਾ ਫਿਰ ਤਿਲਕ ਜਾਂਦਾ ਲੱਖ ਇਹਨੂੰ ਕਹਿ ਲਓ ਅੱਜ 4 ਵਜੇ ਉੱਠਣਾ ਫਿਰ ਤਿਲਕ ਜਾਂਦਾ ਭਾਈ ਵੀਰ ਸਿੰਘ ਲਿਖਦੇ ਮਨ ਦਾ ਸੁਭਾਅ ਹੈ ਤਿਲਕ ਜਾਂਦਾ ਸਾਡਾ ਕੰਮ ਏ ਸੁਣਿਓ ਪਿਆਰ ਨਾਲ ਭਾਈ ਸਾਹਿਬ ਦੀ ਬੋਲੀ ਬਹੁਤ ਪਿਆਰੀ ਕਹਿੰਦੇ ਮਨ ਦਾ ਸੁਭਾਅ ਹੈ ਤਿਲਕ ਜਾਂਦਾ ਸਾਡਾ ਕੰਮ ਏ ਸਾਈ ਨੂੰ ਹਾਕਾਂ ਮਾਰੀ ਜਾਈਏ ਮਨ ਦਾ ਸੁਭਾਅ ਏ ਤਿਲਕ ਜਾਂਦਾ ਸਾਡਾ ਕੰਮ ਏ ਸਾਈ ਨੂੰ ਹਾਕਾਂ ਮਾਰੀ ਜਾਈਏ ਇੱਕ ਦਿਨ ਤੇ ਉਹ ਸਹਾਈ ਹੋਵੇਗਾ ਹੀ ਜਿਹੜਾ ਇੰਜ ਵੀ ਹੈ ਨਾ ਜਿਹੜਾ ਦੂਜੀ ਤੀਜੀ ਤੇ ਪਹੁੰਚ ਗਿਆ ਜਿਹੜੀਆਂ ਅੱਗੋਂ ਵਿਚਾਰਾਂ ਹੋਣਗੀਆਂ ਮਹਾਰਾਜ ਕਰਾ ਜਿਹੜਾ ਪਹਿਲੀ ਤੇ ਵੀ ਹੈ ਨਾ ਵਾਹਿਗੁਰੂ 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 ਤੇ ਭਾਈ ਵੀਰ ਸਿੰਘ ਕਹਿੰਦੇ ਮਨ ਤਿਲਕ ਜਾਂਦਾ ਉਹ ਮਨ ਤਿਲਕ ਜਾਂਦਾ ਇਹਦਾ ਸੁਭਾਅ ਏ ਤੂੰ ਆਪਣਾ ਕੰਮ ਨਾ ਛੱਡ ਸਾਈ ਨੂੰ ਹਾਕਾਂ ਮਾਰੀ ਜਾ ਇੱਕ ਦਿਨ ਆਪੇ ਸਹਾਈ ਹੋਊ ਤਿਲਕਣ ਤੋਂ ਬਚਾ ਲਏ ਇਹ ਪਹਿਲੀ ਅਵਸਥਾ ਬਾਰੇ ਉਹਨਾਂ ਦੇ ਪਏ ਦੂਜਾ ਬਚਨ ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲਿਆਂ ਬੜਾ ਪਿਆਰਾ ਬਚਨ ਭਾਈ ਜਸਵੀਰ ਸਿੰਘ ਜਿਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਰਤਨ ਦਾ ਅਵਾਰਡ ਮਿਲਿਆ ਮੈਂ ਉਹਨਾਂ ਦੀਆਂ ਟੇਪਾਂ 'ਚ ਸੁਣਿਆ ਕਹਿੰਦੇ ਉਹ ਦੁਨੀਆਂ ਵਾਲੇ ਉਹ ਸੁਣਿਓ ਉਹ ਦੁਨੀਆਂ ਵਾਲੇ ਉਹ ਸੰਸਾਰ ਦੀ ਯਾਤਰਾ ਵੀ ਰਸਨਾ ਤੋਂ ਆਰੰਭ ਹੁੰਦੀ ਹੈ ਤੇ ਨਿਰੰਕਾਰ ਦੀ ਯਾਤਰਾ ਵੀ ਰਸਨਾ ਤੋਂ ਆਰੰਭ ਹੁੰਦੀ ਸੰਸਾਰ ਦੀ ਯਾਤਰਾ ਉਹ ਵੀ ਰਸਨਾ ਤੋਂ ਆਰੰਭ ਹੁੰਦੀ ਨਿਰੰਕਾਰ ਦੀ ਯਾਤਰਾ ਵੀ ਰਸਨਾ ਤੋਂ ਆਰੰਭ ਹੁੰਦੀ ਹੁਣ ਵੇਖੋ ਇੱਥੇ ਆ ਕੇ ਤੇ ਸਮਾਜ 'ਚ ਆ ਜਾਇਆ ਕਰੋ ਆ ਜਦੋਂ ਬੱਚਾ ਜੰਮਦਾ ਭਾਵੇਂ ਹੋਸਪਿਟਲ ਤੇ ਭਾਵੇਂ ਕਿਤੇ ਵੀ ਹੁਣ ਉਹ ਬੱਚੇ ਨੂੰ ਤੁਹਾਨੂੰ ਪਤਾ 3-4 ਘੰਟੇ ਬਾਅਦ ਭੁੱਖ ਲੱਗਦੀ ਹੈ ਨਹੀਂ ਤੇ 5 ਘੰਟੇ ਬਾਅਦ 4 ਘੰਟੇ ਬਾਅਦ ਭੁੱਖ ਲੱਗਦੀ ਨਹੀਂ
ਹੁਣ ਕਹਿੰਦੇ ਹੋ ਜਿਹੜੀ ਵੀ ਚਲੋ ਇੱਕ ਰਿਵਾਜ ਬਣਿਆ ਗੁੜਤੀ ਦੇਣੀ ਦੇਤੀ ਉਹ ਗੁੜਤੀ ਦੇਣ ਤੋਂ ਬਾਅਦ ਤੁਸੀਂ ਦੱਸੋ ਉਹ ਬੱਚੇ ਨੂੰ ਜਦੋਂ ਭੁੱਖ ਲੱਗਦੀ ਹੈ ਮਾਂ ਜਦੋਂ ਉਹਨੂੰ ਦੁੱਧ ਦਿੰਦੀ ਹੈ ਉਹਨੂੰ ਕਿਸੇ ਨੇ ਸਿਖਾਇਆ ਵੀ ਰਸਨਾ ਰਾਹੀਂ ਕਿਵੇਂ ਮੂੰਹ ਮਾਰਨਾ ਹੈ ਕਿਵੇਂ ਬੋਤਲ ਹੈ ਕੁਝ ਵੀ ਹੈ ਜਿਸ ਢੰਗ ਨਾਲ ਵੀ ਮਾਂ ਦੁੱਧ ਦੇ ਰਹੀ ਹੈ ਉਹ ਚੁੰਘਣਾ ਸ਼ੁਰੂ ਕਰ ਦਿੰਦਾ ਬੋਤਲ ਦਾ ਨਿੱਪਲ ਤੇ ਚੁੰਘਣਾ ਸ਼ੁਰੂ ਕਰਦਾ ਉਹਨੂੰ ਸਿਖਾਇਆ ਕਿਸੇ ਨੇ ਨੀ ਭੁੱਖ ਲੱਗੀ ਹੈ ਆ ਜਿਸ ਚੀਜ਼ ਨਾਲ ਸੰਸਾਰ ਚੱਲਣਾ ਕਹਿੰਦੇ ਉਹਦੀ ਯਾਤਰਾ ਵੀ ਬੱਚੇ ਦੀ ਰਸਨਾ ਤੋਂ ਸ਼ੁਰੂ ਹੋ ਗਈ ਰਸਨਾ ਤੋਂ ਸ਼ੁਰੂ ਹੋ ਗਈ ਚਾਰ ਤਿੰਨ ਚਾਰ ਘੰਟੇ ਬਾਅਦ ਯਾਤਰਾ ਸ਼ੁਰੂ ਹੋ ਜਾਂਦੀ ਉਹਦੀ ਰਸਨਾ ਕਿਸੇ ਨੇ ਨੀ ਉਹਨੂੰ ਸਿਖਾਇਆ ਐਸਾ ਸਾਡਾ ਰੱਬ ਕੁਝ ਹਫ਼ਤੇ ਪਹਿਲਾਂ ਹੀ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਅਰਬਾਂ ਬੰਦੇ ਨੇ ਧਰਤੀ ਤੇ ਅਰਬਾਂ ਇੱਕ ਦੀ ਸ਼ਕਲ ਦੂਜੇ ਨਾਲ ਨਹੀਂ ਰਲਦੀ ਪਤਾ ਨਹੀਂ ਕੈਸਾ ਪ੍ਰੋਜੈਕਟ ਲਾਇਆ ਉਹਨੇ ਆਖੋ ਸਤਨਾ ਕੈਸਾ ਮਸ਼ੀਨਰੀ ਲਾਈ ਰੱਬ ਨੇ ਕੈਸਾ ਉਹਦਾ ਪ੍ਰੋਜੈਕਟ ਅਰਬਾਂ ਬੰਦੇ ਇੱਕ ਦੀ ਸ਼ਕਲ ਦੂਜੇ ਨਾਲ ਨਹੀਂ ਰਲਦੀ ਹੈ ਨੱਕ ਉਹੀ ਹੈ ਅੱਖਾਂ ਉਹੀ ਨੇ ਹੈ ਕੰਨ ਉਹੀ ਨੇ ਕਿਵੇਂ ਪ੍ਰੋਜੈਕਟ ਉਹਦਾ ਹੁਣ ਬੱਚੇ ਨੂੰ ਕਿੰਨੇ ਸਿਖਾਇਆ ਹੁਣ ਤੁਸੀਂ ਬੱਚੇ ਦੇ ਮੂੰਹ ਚ ਬੋਤਲ ਪਾਓ ਅਜੇ ਜੰਮਿਆ ਹੀ ਹੈ ਚਾਰ ਘੰਟੇ ਦਾ ਹੈ ਜੀ ਉਹ ਮੂੰਹ ਚ ਇੰਜ ਬੋਤਲ ਰੱਖ ਛੱਡੇ ਕੁਝ ਵੀ ਨਾ ਕਰੇ ਦੁੱਧ ਪਿਆਣਾ ਵੀ ਹੋਇਆ ਉਹ ਕਿਵੇਂ ਉਹਨੂੰ ਨਿੱਪਲ ਨੂੰ ਕਿਵੇਂ ਮੂੰਹ ਮਾਰਦਾ ਕੈਸੀ ਰੱਬ ਦਾ ਪ੍ਰੋਜੈਕਟ ਕਿ ਜੰਮਦੇ ਹੀ ਪਤਾ ਕਿਵੇਂ ਖੁਰਾਕ ਲੈਣੀ ਹੈ ਇਹ ਸੰਸਾਰ ਦੀ ਯਾਤਰਾ ਆ ਸਰੀਰ ਦੀ ਸੰਸਾਰ ਦੀ ਇਹ ਵੀ ਰਸਨਾ ਤੋਂ ਆਰੰਭ ਹੋਈ ਅੱਜ ਜਿਹੜਾ ਪਹਿਲੀ ਅਵਸਥਾ ਸੁਣ ਰਹੇ ਹੋ ਕਹਿੰਦੇ ਨਿਰੰਕਾਰ ਦੀ ਯਾਤਰਾ ਵੀ ਰਸਨਾ ਤੋਂ ਹੀ ਆਰੰਭ ਹੁੰਦੀ ਏ ਬੁੱਲ ਵੀ ਹਿਲਦੇ ਐ ਰਸਨਾ ਵੀ ਹਿਲਦੀ ਆਵਾਜ਼ ਵੀ ਆਉਂਦੀ ਵਾਹਿਗੁਰੂ 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 ਬੋਲੋ ਇਹ ਸਿਮਰਨ ਦੀ ਪਹਿਲੀ ਅਵਸਥਾ ਲੌਂਗ ਜਾਪ ਬੈਖਰੀ ਜਾਪ ਕਹਿ ਲਓ ਲੌਂਗ ਜਾਪ ਕਹਿ ਲਓ ਸਾਧ ਸੰਗਤ ਇਹ ਪਹਿਲੀ ਅਵਸਥਾ ਭਾਈ ਵੀਰ ਸਿੰਘ ਜੀ ਨੇ ਇਹ ਪਹਿਲੀ ਅਵਸਥਾ ਬਾਰੇ ਬੜਾ ਪਿਆਰਾ ਬਚਨ ਲਿਖਿਆ ਭਾਈ ਵੀਰ ਸਿੰਘ ਲਿਖਦੇ ਹੈ ਡਿਓੜੀ ਚ ਦੀਵਾ ਜਗਦਾ ਹੋਵੇ ਨਾ ਸੁਣਿਓ ਇਹ ਉਹਨਾਂ ਦਾ ਬੱਚਾ ਕਹਿੰਦੇ ਡਿਓੜੀ ਚ ਦੀਵਾ ਜਗਦਾ ਹੋਵੇ ਡਿਓੜੀ ਚ ਕਹਿੰਦੇ ਅੰਦਰ ਵੀ ਚਾਨਣਾ ਦਿੰਦਾ ਤੇ ਬਾਹਰ ਵੀ ਦਿੰਦਾ ਆਖੋ ਸਤਨਾ ਡਿਓੜੀ ਚ ਦੀਵਾ ਜਗਦਾ ਹੋਵੇ ਅੰਦਰ ਵੀ ਚਾਨਣਾ ਦਿੰਦਾ ਬਾਹਰ ਵੀ ਚਾਨਣਾ ਦਿੰਦਾ ਕਹਿੰਦੇ ਜਿਹੜੀ ਸਿਮਰਨ ਦੀ ਪਹਿਲੀ ਅਵਸਥਾ ਲੌਂਗ ਜਾਪ ਬੈਖਰੀ ਜਾਪ ਕੋਈ ਇਹਨੂੰ ਜਦੋਂ ਕਰਦਾ ਪਹਿਲੀ ਅਵਸਥਾ ਰਾਹੀਂ ਵੀ ਜਪਦਾ ਕਹਿੰਦੇ ਤੁਹਾਡੇ ਅੰਦਰ ਵੀ ਚਾਨਣਾ ਜਾਈ ਜਾਏਗਾ ਤੇ ਬਾਹਰ ਵੀ ਚਾਨਣਾ ਜਾਈ ਜਾਏਗਾ ਕੋਈ ਇਹਦੇ ਚ ਛੱਡਿਓ ਤਿੰਨ ਕੁ ਮਿੰਟ ਸਹਿਯੋਗ ਦੇਣਾ ਤਿੰਨ ਕੁ ਮਿੰਟ ਕਹਿ ਦਿਓ ਇੱਕ ਵਾਰੀ ਕੇਸੋ ਕੇਸੋ